ਆਸਟ੍ਰੇਲੀਆ ਆ ਕੇ ਕੰਡਕਟਰ ਲੱਗ ਗਿਆ। ਉਹ ਨਹੀਂ ਭਾਜੀ, ਕੰਡਕਟਰ ਦਾ ਕੰਮ ਨਹੀਂ ਕਰਨ ਦਿਆ, ਐਵੇਂ ਮੇਰੇ ਮਹੱਲੇ 'ਚ ਇਹਨਾਂ ਰੌਲਾ ਪਾ ਦਿਓ ਕਿ ਆਸਟ੍ਰੇਲੀਆ ਜਾ ਕੇ ਕੰਡਕਟਰ ਲੱਗ ਗਿਆ। ਭਾਜੀ ਗੱਲ ਏਦਾਂ ਆ, ਪੂਰੀ ਗੱਲ ਸੁਣ ਲਿਆ ਕਰੋ, ਮੈਂ ਤਾਂ ਕਹਿਣ ਡਿਆ ਸੀ ਤਾਰਨੇ ਜਾਣਾ ਕਹਿੰਦੇ ਤਾਂ ਲੈ ਜਾਓ ਮੈਨੂੰ ਵੀ, ਕਿਉਂਕਿ ਮੇਰੇ ਕੋਲ ਤਾਂ ਸਾਈਕਲ ਹੀ ਜੇ ਆ ਜੇ ਭਾਜੀ ਜੱਟ ਦਾ ਜੰਬੋ ਜੱਟ। ਭਾਜੀ ਵੈਸੇ ਤੁਸੀਂ ਕਿੱਥੇ ਚੱਲੇ ਜੀ? ਮੈਂ ਇੰਡੀਆ ਚੱਲਾ ਯਾਰ। ਇੰਡੀਆ ਚੱਲੇ ਜੇ, ਕੀ ਗੱਲ ਹੋ ਗਈ? ਸੁੱਖ ਤੇ ਆਇਆ? ਉਹ ਵੀਜ਼ਾ ਖਤਮ ਹੋ ਗਿਆ ਯਾਰ। ਲੈ ਵੀਜ਼ਾ ਖਤਮ ਹੋ ਗਿਆ ਤੇ ਇੰਡੀਆ ਤੁਹਾਨੂੰ ਜਾਣ ਦਿੰਦੇ ਆ ਭਾਜੀ, ਇੱਥੇ ਇੱਕ ਵਾਰੀ ਜਿਹੜਾ ਆ ਜਾਂਦਾ ਨਾ ਉਹਨੂੰ ਨਹੀਂ ਜਾਣ ਦੇਈਦਾ ਹੁੰਦਾ। ਉਹ ਭਾਜੀ ਤੁਸੀਂ ਹੈਗੇ ਪਿੰਡ ਦੇ ਸਰਪੰਚ ਜੀ, ਮੈਲਬਨ ਦਾ ਸਰਪੰਚ ਹੈਗਾ ਓਮ ਗਲੋਬਲ ਵਾਲੇ, ਜਿੱਦਾਂ ਕੋਈ ਸਾਡੇ ਪਿੰਡ 'ਚ ਕੋਈ ਫਸਦਾ ਸੀ ਸਿੱਧਾ ਤੁਹਾਡੇ ਕੋਲ ਆਉਂਦਾ ਸੀ ਨਾ ਫੈਸਲਾ ਕਰਾਉਣ ਵਾਸਤੇ, ਉੱਦਾਂ ਹੀ ਜੇਕਰ ਕੋਈ ਇੱਥੇ ਫਸਦਾ ਨਾ ਤਾਂ ਫੈਸਲਾ ਕਰਾਉਣ ਵਾਸਤੇ ਓਮ ਗਲੋਬਲ ਵਾਲੇ ਕੋਲ ਜਾਈਦਾ ਆ। ਇਹਨਾਂ ਦਾ ਟਰਨੀਨਾ ਨਵਾਂ ਆਫਿਸ ਖੋਲਿਆ, ਇਹਨਾਂ ਦਾ ਮੈਲਬਨ ਵੀ ਆਫਿਸ ਹੈਗਾ, ਜੇ ਤੁਸੀਂ ਜੇ ਕਨੇਡਾ ਜੇ ਤਾਂ ਕਨੇਡਾ ਵੀ ਇਹਨਾਂ ਦਾ ਆਫਿਸ ਹੈਗਾ, ਟੋਰਾਂਟੋ। ਉਹ ਮਹਾਰਾਜ ਇੰਡੀਆ ਪੰਜਾਬ ਦੀ ਗੱਲ ਸੁਣੋ, ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਹਿਸ਼ਿਆੜਾ ਹਿਸ਼ਿਆੜਾ ਦੇ ਭਾਜੀ ਆ ਬਦੋ ਬਦੀ ਨਿਕਲ ਗਿਆ ਮੂੰਹ ਚੋਂ ਭਾਜੀ, ਮੈਂ ਅਸਲ 'ਚ ਰਿਕਸ਼ਾ ਚਲਾਉਂਦਾ ਰਿਹਾ ਨਾ ਇੰਡੀਆ, ਬਾਕੀ ਤੁਹਾਨੂੰ ਜਾਣ ਨਹੀਂ ਦਿੰਦੇ ਅਤੇ ਤੁਸੀਂ ਆਓ ਪਿੱਛੇ ਬਹੋ, ਮਗਰਾਟ ਨਹੀਂ ਕੋਈ ਗੱਲ ਨਹੀਂ, ਆਓ ਨਹੀਂ ਕਰਦੀ ਤੁਹਾਡੀ ਸੋਰੀ ਭਾਜੀ।